सारिआं नूं सति श्री अकाल जी। परमजीत सिद्धू दी किचन दे विच बहुत बहुत स्वागत है तुहाडा। अज आपां बनावांगे जीरा राइस। जीरा राइस वैसे तो आप कढ़ाई विच वी बना लैने आ, कुकर विच वी बना लैने आ, पर अज जो मैं बना रही हाँ वह मैं बना रही हाँ माइक्रोवेव विच। माइक्रोवेव विच चौल बनाउण वास्ते आपां मेजरिंग कप नाल एक कप मिन के बासमती चावल लैके उन्हां नूं दो तीन वारी पानी नाल वाश करके तां हुण तो अद्धा घंटा पहलां उन्हां नूं मैं पानी दे विच डिप करके रख दित्ता सीगा। ते अद्धा चम्मच लवांगे आपां जीरा, एक टुकड़ा लवांगे आपां दालचीनी दा, एक तेज पत्ता, एक चम्मच लवांगे सेंधा नमक। मैं सेंधा नमक वरतदी हां, तुसीं जिहड़ा वरतदे हो पा लो। ते विच पावांगे आपां दो कप पानी दे ते बनावांगे आपां जियो कनोला ऑयल नाल। सब तो पहला आपां माइक्रोवेव सेफ दे एक बर्तन ले लवांगे डोंगा, तां उहदे विच आपां पा दांगे दो चम्मच तेल दे। कुकिंग ऑयल पा लो भावें घिओ पा लो, दो चम्मच पा लांगे। इहदे विच पावांगे जीरा, दालचीनी और तेज पत्ता पा के ਉਹਨਾਂ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਮਿਕਸ ਕਰਕੇ ਤਾਂ ਮਾਈਕ੍ਰੋਵੇਵ ਮੋਡ ਤੇ ਆਪਾਂ ਲਾ ਕੇ ਤਾਂ ਇਹਨੂੰ ਆਪਾਂ 2 ਮਿੰਟ ਵਾਸਤੇ ਚਲਾ ਦਾਂਗੇ। ਮਾਈਕ੍ਰੋਵੇਵ 2 ਮਿੰਟ ਵਾਸਤੇ ਚਲਾਵਾਂਗੇ, ਲੇਕਿਨ ਲਗਾਤਾਰ 2 ਮਿੰਟ ਨਹੀਂ, ਆਪਾਂ ਘੁੰਮਦੇ ਰਹਿਣ ਦੇਵਾਂਗੇ। ਇੱਕ ਵਾਰੀ 1 ਮਿੰਟ ਤੋਂ ਬਾਅਦ ਫਿਰ ਆਪਾਂ ਹਿਲਾ ਕੇ ਤੇ ਉਹਨੂੰ ਫਿਰ ਕਰ ਦਾਂਗੇ ਉੱਪਰ ਨੀਚੇ। ਇਹਦੇ ਵਿੱਚ ਆਪਾਂ ਜਿਹੜੇ ਸੋਕ ਕੀਤੇ ਹੋਏ ਚਾਵਲ ਸੀ ਉਹ ਮਿਕਸ ਕਰ ਦਾਂਗੇ। ਇੱਕ ਚਮਚ ਨਮਕ, ਦੋ ਕੱਪ ਪਾਣੀ ਪਾ ਕੇ काली मिर्च भी पा सकते हैं। हुण आपां इहनूं ना ओपन 10 मिंट वास्ते पकावांगे, माइक्रोवेव करांगे। ਵੇਖ ਲਓ, ਅਗਰ ਤਾਂ ਥੋੜਾ ਬਹੁਤਾ ਜਿਵੇਂ ਹੁਣ ਹਜੇ ਥੋੜਾ ਜਿਹਾ ਪਾਣੀ ਹੈ ਆ ਵਿੱਚ, ਇਹਨੂੰ ਆਪਾਂ 2 ਮਿੰਟ ਤੇ ਹੋਰ ਲਾ ਦਾਂਗੇ। ਥੋੜੀ ਜਿਹੀ ਕਣੀ ਹੈਗੀ ਹੈ ਚੌਲਾਂ ਚ, ਨਾਲੇ ਤਾਂ 2 ਮਿੰਟ ਦੇ ਵਿੱਚ ਇਹ ਜਿਹੜਾ ਕਣੀ ਹੈਗਾ ਮੋਸਚਰ ਉਹ ਸੈੱਟ ਹੋ ਜਾਊਗਾ। ਜ਼ਿਆਦਾ ਹੀ ਹੈ ਥੋੜਾ ਥੋੜਾ ਜਿਵੇਂ ਪਾਣੀ, ਤਾਂ ਨਾਲੇ ਜਿੰਨੀ ਕੁ ਕਸਰ ਹੈ ਉਹ ਸੈੱਟ ਹੋ ਜਾਊਗਾ। ਇਹਨੂੰ ਆਪਾਂ ਮਿਕਸ ਕਰਕੇ ਤਾਂ 5 ਮਿੰਟਾਂ ਵਾਸਤੇ ਇਹਨੂੰ ਆਪਾਂ ਨਾ ਇਸੇ ਤਰ੍ਹਾਂ ਹੀ ਢੱਕ ਦੇਵਾਂਗੇ।
ਉਸਨੂੰ ਕਵਰ ਕਰਕੇ ਰੱਖ ਦਾਂਗੇ ਸਟੈਂਡਿੰਗ ਟਾਈਮ ਤੇ 5 ਮਿੰਟ ਬਾਅਦ ਇਹਨੂੰ ਆਪਾਂ ਓਪਨ ਕਰਾਂਗੇ 5-7 ਮਿੰਟ ਹੋ ਗਏ ਆਪਣੇ ਚੌਲਾਂ ਨੂੰ ਪਿਆਂ ਨੂੰ ਐਨ ਖਿਲੇ ਖਿਲੇ ਚੌਲ ਬਣ ਕੇ ਆਪਣੇ ਕੋਲੇ ਰੈਡੀ ਹੈ ਲੋ ਜੀ ਖਿਲੇ ਖਿਲੇ ਜੀਰਾ ਰਾਈਸ ਇਨ ਮਾਈਕ੍ਰੋਵੇਵ ਬਣ ਕੇ ਆਪਣੇ ਕੋਲੇ ਰੈਡੀ ਹੈ ਮਾਈਕ੍ਰੋਵੇਵ ਦੇ ਵਿੱਚ ਬਣਾਏ ਹੈ ਨਾਲ ਆਪਾਂ ਗਾਰਨਿਸ਼ ਕੀਤਾ ਇਹਨੂੰ ਕੜੀ ਦੇ ਨਾਲ ਜਿਹੜੀ ਕਿ ਬਹੁਤ ਵਧੀਆ ਕੜੀ ਚਾਵਲ ਦਾ ਕੰਬੀਨੇਸ਼ਨ ਹੈ ਵੀਵਰਸ ਅੱਜ ਦੀ ਮੇਰੀ ਅਗਰ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ ਔਰ ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ ਉਹਨਾਂ ਰਿਕੁਐਸਟ ਹੈ ਵੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ